ਹਾਂਜੀ ਭਾਅ ਜੀ, ਮੈਂ ਓਸ਼ੋ ਦੇ ਬਾਰੇ ਗੱਲ ਕਰਨੀ ਸੀ। ਹਾਂਜੀ, ਯਾਦਵਿੰਦਰ ਗੱਲ ਕਰਕੇ ਗਿਆ ਹੁਣੇ ਹੀ ਕਿ ਉਹਨਾਂ ਨੂੰ ਪਤਾ ਨੀ ਤੁਹਾਨੂੰ ਕਿਉਂ ਲੱਗ ਰਿਹਾ ਕਿ ਓਸ਼ੋ ਕੋਈ ਸਮਾਜ ਵਿਰੋਧੀ ਸੀ। ਨਹੀਂ ਨਹੀਂ ਉਹ ਨਾ ਵੀਰਾ, ਉਹ ਨਾ ਤੁਸੀਂ ਏਦਾਂ, ਤੁਹਾਡੀ ਡਿਸਕਸ਼ਨ ਬਹੁਤ ਲੰਬੀ ਹੋ ਜਾਣੀ ਹੈ ਜਦੋਂ ਤੁਸੀਂ ਏਦਾਂ ਕਰਨ ਲੱਗ ਪੈਣਾ। ਤੁਸੀਂ ਸਾਡਾ ਮੁੱਦਾ ਓਸ਼ੋ ਦੇ ਬਾਰੇ ਇਦਾਂ ਸੀਗਾ ਭਈ ਸਾਨੂੰ ਕੋਈ ਬੰਦਾ ਜਿਹੜਾ ਓਸ਼ੋ ਦਾ ਸਪੋਰਟਰ ਆ ਉਹ ਇੰਨਾ ਦੱਸ ਦੇਵੇ ਭਈ ਓਸ਼ੋ ਦੇ ਵਿੱਚ ਚੰਗਾ ਕੀ ਸੀ। ਭਾਜੀ ਦੇਖੋ ਹੁਣ ਇੰਨੀ ਜਿਹੜੇ ਬੰਦੇ ਨੇ ਗੱਲ ਬੋਲਤੀ, ਠੀਕ ਹੈ ਜੀ, ਓਸ਼ੋ ਨੇ ਕ੍ਰਿਸ਼ਨ ਤੇ ਬੋਲ ਦਿੱਤਾ, ਨਾਨਕ ਤੇ ਬੋਲਤਾ, ਫਰੀਦ ਤੇ ਬੋਲਤਾ, ਠੀਕ ਹੈ, ਬਹੁਤ ਬਕਵਾਸ, ਬਹੁਤ ਬਕਵਾਸ ਕੀਤਾ ਜੋਨ ਫਰੀਦ ਤੇ ਬੋਲਿਆ ਨਾ। ਦੇਖੋ ਗੱਲਾਂ, ਬੰਦਾ ਸੀ ਇੰਟੈਲੀਜੈਂਟ, ਗੱਲਾਂ ਉਹਨ ਕੀਤੀਆਂ ਆਪਣੀਆਂ। ਜਿੱਦਾਂ ਨਾ ਗੁਰੂ ਨਾਨਕ ਦਾ ਜਪ ਜੀ ਲੈ ਕੇ ਉੱਥੇ ਉਹ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਤਾਂ ਸਤਿਆਨਾਸ ਮਾਰ ਗਿਆ, ਗੱਲ ਆਪਣੀ ਕਰ ਗਿਆ। ਉਹ ਤੁਹਾਨੂੰ ਏਦਾਂ ਲੱਗਦਾ ਵਾ? ਲੈ ਦੱਸ, ਤੇ ਤੈਨੂੰ ਜਪ ਜੀ ਦਾ ਟੀਕਾ ਆਉਂਦਾ ਆ? ਮੈਂ ਜਪ ਜੀ ਜਿੰਨਾ ਕੁ ਪੜ੍ਹਿਆ ਮੈਂ ਪੜ੍ਹੀ ਆ। ਨਹੀਂ ਨਹੀਂ ਤੈਨੂੰ ਜਾਣੀ ਉਹਦੇ ਵਿੱਚ ਸ਼ਬਦ ਆਉਂਦਾ ਆ ਭਈ। ਹਾਂ ਮੇਰੀ ਗੱਲ ਸੁਣੋ, ਤੁਸੀਂ ਫਿਰ ਏਦਾਂ ਜਪਜੀ ਤੇ ਬਹਿਸ ਕਰੋਗੇ, ਫਿਰ ਕਿੰਨੇ ਟੀਕੇ ਜਪਜੀ ਤੇ ਲਿਖੇ ਗਏ ਨੇ ਪ੍ਰੋਫੈਸਰ? ਵੀਰਾ ਉਹ ਤੈਂ ਨਹੀਂ ਫੈਸਲਾ, ਤੈਂ ਨਹੀਂ ਉਹ ਫੈਸਲਾ ਕਰਨਾ, ਮੈਂ ਤੈਨੂੰ ਦੱਸਾਂ। ਮੈਂ ਤਾਂ ਭਾਜੀ ਕਰ ਨਹੀਂ ਰਿਹਾ ਫੈਸਲਾ। ਅਸੀਂ ਜਿਹੜੀ ਸਾਡੀ ਸਮਝ ਆ ਨਾ ਗੁਰੂ ਨਾਨਕ ਪਾਤਸ਼ਾਹ ਇੱਕ ਓਂਕਾਰ ਬਾਰੇ, ਹਾਂਜੀ, ਅਸੀਂ ਉਹਦੇ ਨਾਲ ਸਾਡੇ 8 ਸਾਲ ਨਾਲ ਧੁੰਦੇ ਹੋਣਾ ਨਾ, ਬਾਕੀਆਂ ਨਾਲ ਵੀ ਸਾਡੇ ਇਸ ਗੱਲ ਨੂੰ ਡਿਸ ਐਗਰੀਮੈਂਟ ਆ। ਚਲੋ ਉਹ ਗੱਲ ਤੁਹਾਡੀ, ਉਹ ਤੇ ਅਸੀਂ ਵੀ ਸਹਿਮਤ ਆ, ਠੀਕ ਹੈ ਜੀ। ਨਹੀਂ ਨਹੀਂ ਤੁਸੀਂ ਤੁਹਾਨੂੰ ਕਨਸੈਪਟ ਆ ਨਾ, ਤੁਹਾਨੂੰ ਮੈਂ ਤੁਹਾਨੂੰ ਨਾਲ ਜੋੜ ਕੇ ਨਾ ਦੇਖੋ, ਉਹ ਤਾਂ ਅਲੱਗ ਚੀਜ਼ ਆ। ਤੁਹਾਨੂੰ ਨਹੀਂ ਨਾ ਮੈਂ ਸਹਿਮਤ ਕਰਨਾ ਚਾਹੁੰਦਾ, ਮੈਂ ਥੋੜਾ ਕਹਿੰਦਾ ਤੁਸੀਂ ਮੇਰੇ ਨਾਲ ਸਹਿਮਤ ਹੋਵੋ, ਮੈਂ ਤੁਹਾਨੂੰ ਇਹ ਕਹਿਣਾ ਵੀ ਜਿੱਦਾਂ ਸਾਡੇ ਰਾਏ ਦੇ ਰਹੇ ਕਿ ਸਹਿਮਤ ਆ, ਠੀਕ ਹੈ ਜੀ, ਉਹ ਚਲੋ ਤੁਹਾਡੀ ਮਰਜ਼ੀ ਆ, ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ। ਨਹੀਂ ਨਹੀਂ ਉਹ ਵੀਰਾ ਮਸਲਾ ਇਹ ਨਹੀਂ ਹੈਗਾ, ਮਸਲਾ ਇਹ ਆ ਵੀ ਫਰੀਦ ਬਾਰੇ ਵੀ, ਕਬੀਰ ਬਾਰੇ ਵੀ, ਉਹਨੇ ਆਪਣੀ ਮਰਜ਼ੀ ਦੇ ਨਾਲ ਜਿਹੜੀ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਆ, ਸਾਡੇ ਲਈ ਔਥੈਂਟਿਕ ਨਹੀਂ ਹੈਗੀ। ਚਲੋ ਠੀਕ ਹੈ, ਇਹ ਮੰਨ ਲੈਂਦੇ ਆਪਾਂ। ਉਹਨੂੰ ਮਰਜ਼ੀ ਨਾਲ, ਰਜਨੀਸ਼ ਨੇ ਕੀ ਕੀਤਾ ਜਦੋਂ ਆਪਣੀ ਗੱਲ ਕਹਿਣੀ ਸੀ ਨਾ, ਹੁਣ ਆਪਣੀ ਮਰਜ਼ੀ ਨਾਲ ਕਿਤਿਓਂ ਵੀ ਕੋਈ ਸ਼ਲੋਕ ਚੱਕਿਆ ਆ ਕਬੀਰ ਦੇ ਨਾਂ ਤੇ, ਉਹਦੀ ਵਿਆਖਿਆ ਕਰਕੇ, ਗੱਲਾਂ ਤਾਂ ਉਹਨੂੰ ਆਉਂਦੀਆਂ ਸੀ, ਗੱਲਾਂ ਕਰਨੀਆਂ ਸੀ, ਉਹਨੇ ਕਰ ਦਿੱਤੀਆਂ। ਹੁਣ ਮੈਂ ਤੁਹਾਨੂੰ ਇੱਕ ਦੋ ਪੰਕਤੀ ਪੜ੍ਹਦਾ, ਕੋਈ ਕ੍ਰਿਸ਼ਨ ਦੀ ਕੋਈ ਗੀਤਾ ਦੀ ਪੰਕਤੀ ਪੜ੍ਹਦਾ, ਤੁਸੀਂ ਉਹ ਕਰ ਦੋਗੇ ਇਹਦੀ ਛੇਤੀ ਵਿਆਖਿਆ ਉਹਦੀ? ਦੱਸੋ ਮੈਨੂੰ ਉਸ, ਮੈਂ ਇਸ ਗੱਲੋਂ ਮੈਂ ਕਿਹਾ ਆ ਵੀ ਉਹਨੂੰ ਅਰਥ ਨਹੀਂ ਸੀ ਆਉਂਦੇ, ਇਹਦਾ ਮਤਲਬ ਜਿਹਨੂੰ ਗੀਤਾ ਲਿਖੀ ਆ ਉਹ ਤਾਂ ਬਹੁਤ ਮਹਾਨ ਹੋ ਗਿਆ, ਅਸੀਂ ਕੀ ਕਰਨਾ ਰਹੇ ਮਹਾਨ? ਮਹਾ ਉਹ ਗੱਲ ਲੱਗ ਗਿਆ ਯਾਰ ਬੰਦੇ ਦੀ, ਤੁਸੀਂ ਨਾ ਇੱਕ ਜਨਰਲ ਪੁਆਇੰਟ ਵਿਊ ਤੋਂ ਦੇਖੋ ਕਿ ਜਿਹੜਾ ਬੰਦਾ ਇੰਨੀਆਂ ਚੀਜ਼ਾਂ ਦੇ ਉੱਤੇ ਟਿੱਪਣੀ ਕਰਦਾ ਵਾ, ਉਹ ਤੁਹਾਨੂੰ ਕਿੱਦਾਂ ਲੱਗਦਾ ਵਾ ਕਿ ਉਹ ਸਮਾਜ ਵਿਰੋਧੀ ਆ, ਜਾਂ ਉਹ ਕੁਛ ਉਹ ਮਕਸਦ ਲਈ ਆਇਆ ਵਾ, ਜਾਂ ਰੋਇਸ ਖਰੀਦਣਾ ਚਾਹੁੰਦਾ ਵਾ? ਵੀਰਾ ਜਿਹੜਾ ਮੇਰਾ ਸਵਾਲ ਸੀ ਨਾ, ਉਹ ਪਤਾ ਨੀ ਤੁਸੀਂ ਗਵਾ ਲਿਆ ਜਾਂ ਤੁਸੀਂ ਸਮਝਣਾ ਨੀ ਚਾਹੁੰਦੇ, ਮੇਰੀ ਗੱਲ ਸੁਣੋ। ਤੁਸੀਂ ਵਿਆਹੇ ਹੋ? ਨਹੀਂ ਮੈਂ ਵਿਆਹੇ ਨਹੀਂ। ਓਕੇ, ਜਦੋਂ ਤੁਸੀਂ ਤੁਸੀਂ ਮੰਮੀ ਡੈਡੀ ਹੈਗੇ ਤੁਹਾਡੇ? ਹਾਂਜੀ। ਡੈਡੀ ਕਿੰਨੇ ਪੜ੍ਹੇ ਹੋ? ਨਾ ਹਾਂ ਡੈਡੀ ਜ਼ਿਆਦਾ ਪੜ੍ਹੇ ਨਹੀਂ ਆ। ਨਹੀਂ ਤੇ ਤੁਸੀਂ ਵੈਸੇ ਉਹਦੇ ਨਾਲ, ਹਾਂ ਉਹਦੇ ਨਾਲ ਤਾਂ ਕਿੰਨੇ ਪੜ੍ਹੇ ਹੋ? 5, 7, 10? ਕੁਝ ਵੀ ਨਹੀਂ ਪੜ੍ਹੇ। ਓਕੇ, ਹੁਣ ਤੁਹਾਡੇ ਡੈਡੀ ਨਾਲੋਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਹੋਣ ਕੋ ਪਿੰਡ ਚ, ਇਲਾਕੇ ਚ? ਹਾਂਜੀ। ਤੇ ਤੁਹਾਡੀ ਮੰਮੀ ਉਹਨਾਂ ਦੀ ਇਸ ਗੱਲੋਂ ਰਿਸਪੈਕਟ ਤਾਂ ਕਰ ਸਕਦੀ ਵੀ ਪੜ੍ਹਿਆ ਆ ਬਹੁਤ ਆ, ਪਰ ਜੇ ਹਰ ਗੱਲ ਵਿੱਚ ਤੁਹਾਡੇ ਡੈਡੀ ਨੂੰ ਇਹ ਕਹੀ ਜਾਵੇ ਵੀ ਤੇਰੇ ਨਾਲ ਤਾਂ ਉਹ ਚੰਗਾ ਆ, ਯਾਰ ਪਤਾ ਗੱਲ ਕੀ ਹੁੰਦੀ ਆ, ਉਹ ਰਿਲੇਸ਼ਨਸ਼ਿਪ ਇੱਕ ਅਲੱਗ ਚੀਜ਼ ਆ, ਤੁਸੀਂ ਉਹ ਵਿੱਚ ਇੰਟਰਫੇਸ ਕਰ ਰਹੇ। ਵੀਰਾ ਮੇਰੀ ਗੱਲ ਸੁਣ ਪਹਿਲਾਂ, ਸਾਡੇ ਲਈ ਨਾਨਕ ਜਿਹੜਾ ਹੈ ਨਾ, ਸਾਡੇ ਨਾਲ ਸਾਡੀ ਇੱਕ ਨਾਨਕ ਨਾਲ ਰਿਲੇਸ਼ਨਸ਼ਿਪ ਆ। ਇੱਕ ਹੁੰਦੀ ਅਵਾਰਾ ਔਰਤ, ਇੱਕ ਹੁੰਦੀ ਵਿਆਹੀਓ। ਜਿਹੜੀ ਵਿਆਹੀਓ ਆ ਨਾ, ਉਹ ਆਪਣੇ ਪਤੀ ਦਾ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੀ, ਉਹਦੇ ਲਈ ਪਤੀ ਸਭ ਤੋਂ ਮਹਾਨ ਹੁੰਦਾ ਆ। ਸਾਡੇ ਨਾਨਕ ਨਾਲ ਉਦਾਂ ਦੇ ਸੰਬੰਧ ਆ। ਤੁਸੀਂ ਆਪਣੇ 400-500 ਮੇਰੀ ਗੱਲ ਸੁਣ ਲਾ ਪਹਿਲਾਂ ਵੀਰਾ, ਜਿਹੜੀ ਔਰਤ ਨਹੀਂ ਵਿਆਹੀ ਹੋ ਨਾ, ਉਹ ਤੁਹਾਡੀ ਮਾਂ ਨੂੰ ਇਹ ਗੱਲ ਨਹੀਂ ਕਹਿ ਸਕਦੀ ਵੀ ਮੈਂ ਦੇਖਦਾ, ਮੈਂ ਤਾਂ ਸਾਰਿਆਂ ਨਾਲ ਸੌ ਲੈਂਦੀ ਹਾਂ। ਹੁਣ ਜੇ ਤੁਹਾਡਾ ਕੋਈ ਜ਼ਿੰਦਗੀ ਚ ਮਕਸਦ ਨਹੀਂ, ਤੁਹਾਡੇ ਲਈ ਕੋਈ ਨਾਨਕ ਵਾਂਗ ਨਹੀਂ ਥਾਂ ਮੱਲ ਕੇ ਬੈਠਾ, ਤੁਸੀਂ ਸਾਨੂੰ ਅਵਾਰਾ ਔਰਤ ਵਾਂਗ ਇਹ ਨਾ ਕਹੋ ਵੀ ਰਜਨੀਸ਼ ਨਾਲ ਵੀ ਕੋਈ ਗੱਲ ਨਹੀਂ, ਕ੍ਰਿਸ਼ਨ ਨਾਲ ਵੀ ਕੋਈ ਗੱਲ ਨਹੀਂ। ਮੈਂ ਤੁਹਾਨੂੰ ਇੱਕ ਜਰਨਲ ਉਹਦੀ ਗੱਲ ਦੱਸ, ਜਰਨਲ ਨਾਲ ਮੇਰੀ ਗੱਲ ਸਮਝ ਆਈ ਕਿ ਨਹੀਂ ਤੁਹਾਨੂੰ? ਤੁਸੀਂ ਇੱਕ ਪੁਆਇੰਟ ਤੇ ਅੜੇ ਹੋਏ ਜੇ, ਠੀਕ ਹੈ ਨਾ, ਮੈਂ ਨਹੀਂ ਜਾਣਾ ਚਾਹੁੰਦਾ ਗਾਹ, ਮੈਂ ਕਾਹਤੇ ਜਾਵਾਂ ਗਾਹ?
ਤੁਸੀਂ ਬਸ ਉਹ ਤੇ ਅੜ ਗਏ ਗੱਲ ਹੋਰ ਕੋਈ ਨਹੀਂ ਮੈਂ ਚਲੋ ਮੈਂ ਤੁਹਾਡੇ ਮੰਨ ਲੈਣਾ ਗੱਲ ਕਿ ਤੁਹਾਨੂੰ ਨਾਨਕ ਬਾਰੇ ਬਹੁਤ ਤੁਸੀਂ ਸਾਨੂੰ ਤੁਹਾਨੂੰ ਹੋਰ ਕਿਸੇ ਦੀ ਜ਼ਰੂਰਤ ਨਹੀਂ ਤੁਸੀਂ ਉਸ ਦਾ ਨਾਂ ਹੀ ਕਿਉਂ ਲੈ ਰਹੇ ਜੀ ਸਾਡੀ ਮਰਜ਼ੀ ਆ ਸਿਰ ਜਿਹੜੇ ਤੁਹਾਨੂੰ ਸੁਣਨੇ ਵਾਲੇ ਆ ਉਹ ਤੁਹਾਨੂੰ ਫੋਨ ਤੇ ਕਰਨਾ ਕੋਈ ਗੱਲ ਨਹੀਂ ਨਾ ਸੁਣ ਲਓ ਉਹ ਸਾਨੂੰ ਕਹਿ ਦੇਣਗੇ ਸਦਾਈ ਆ ਇਹ ਤੁਸੀਂ ਕਦੇ ਫਿਕਰ ਕਰਦੇ ਹੋ ਉਸ ਗੱਲ ਦਾ ਵਿਚਾਰਧਾਰਾ ਦੇ ਪੱਖੋਂ ਤੁਸੀਂ ਅਵਾਰਾ ਰਹੇ ਆ ਤੁਹਾਨੂੰ ਬੜੀ ਮੌਜ ਰਹੀ ਆ ਭਈ ਦੋ ਇਹਨੂੰ ਕਹਿਤੀਆਂ ਦੋ ਇਹਨੂੰ ਕਹਿਤੀਆਂ ਇਹਦੀਆਂ ਗਿਆਨ ਦੀਆਂ ਗੱਲਾਂ ਸੁਣ ਲਈਆਂ ਜਿਹਨੂੰ ਮਰਜ਼ੀ ਝਾੜ ਦਿੱਤਾ ਇਹ ਗੁਰਦੁਆਰਾ ਸਿੱਖਾਂ ਨੂੰ ਅਕਲ ਨਹੀਂ ਹੁੰਦੀ ਗੁਰਦੁਆਰੇ ਚ ਗੰਦ ਪਾ ਦਿੱਤਾ ਇਹ ਅਕਾਲੀਆਂ ਨੇ ਆ ਆਮ ਆਦਮੀ ਇੱਦਾਂ ਅਸੀਂ ਅਸੀਂ ਨਹੀਂ ਇੱਦਾਂ ਜੀਣਾ ਚਾਹੁੰਦੇ ਨਾ ਅਸੀਂ ਰੇਡੀਓ ਇਸ ਕਰਕੇ ਚਲਾਇਆ ਆ ਤੁਸੀਂ ਆਪਣੇ ਮਾਧਿਅਮ ਰਾਹੀਂ ਜੋ ਕਹਿਣਾ ਕਹਿ ਲਓ ਤਾਂ ਹੀ ਤਾਂ ਮੈਂ ਕਿਹਾ ਸੀ ਆਪਣੇ ਰਜਨੀਸ਼ ਨੂੰ ਸਾਂਭ ਕੇ ਰੱਖੋ ਆਪਣੇ ਮਾਰਕਸ ਨੂੰ ਸਾਂਭ ਕੇ ਰੱਖੋ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ ਨਾ ਨਾ ਉਹ ਤੁਹਾਡੀ ਗੱਲ ਗੱਲ ਠੀਕ ਆ ਨਹੀਂ ਨਹੀਂ ਫਿਰ ਜਨੇਸ਼ ਆਪਣੀ ਜਗ੍ਹਾ ਤੇ ਆ ਰੱਖੋ ਆਪਣੀ ਜਗ੍ਹਾ ਤੇ ਨਾਨਕ ਆਪਣੀ ਜਗ੍ਹਾ ਤੇ ਤੁਹਾਨੂੰ ਮੁਬਾਰਕ ਹੋਵੇ ਉਹਨੂੰ ਰੱਖੋ ਠੀਕ ਆ ਥੈਂਕ ਯੂ ਤੁਹਾਡਾ 108 ਦੇ ਉੱਤੇ ਤੁਸੀਂ ਆਉਂਦੇ ਰਹੋ ਜੀ ਜਿਨ ਵੀਰਾ ਗੱਲ ਕਰਨੀ ਹੈ ਤੁਸੀਂ ਸਾਨੂੰ ਨਾ ਸਮਝਾਓ ਉਹਦੀ ਮਹਾਨਤਾ ਤੁਸੀਂ ਦੱਸੋ ਸਰੋਤਿਆਂ ਨੂੰ ਵੀ ਉਹਦੇ ਚ ਚੰਗਾ ਕੀ ਸੀ ਅਸੀਂ ਕਿਉਂ ਗੁਰੂ ਨਾਨਕ ਪਾਤਸ਼ਾਹ ਨੂੰ ਕਿਉਂ ਗੁਰਬਾਣੀ ਨੂੰ ਕਿਉਂ ਗੁਰੂ ਗ੍ਰੰਥ ਸਾਹਿਬ ਨੂੰ ਉਹਨੂੰ ਛੱਡ ਕੇ ਮੈਂ ਤੁਹਾਨੂੰ ਦੱਸਦਾ ਹਾਂ ਵੀ ਅਸੀਂ ਕਾਰ ਠੀਕ ਕਰਾਈ ਦੀ ਆ ਸਾਡਾ ਤਾਂ ਪੰਥ ਪ੍ਰੀਤ ਧੁੰਦੇ ਹੋਣਾ ਨਾ ਇਸ ਗੱਲੋਂ ਝਗੜਾ ਪੈ ਗਿਆ ਜਦੋਂ ਕਹਿੰਦੇ ਵੀ ਗਿਆਨ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਲੈ ਲਓ ਗਿਆਨ ਰਜਨੀਸ਼ ਤੋਂ ਜਿਹੜਾ ਲੈਣਾ ਠੀਕ ਆ ਪਰ ਉਹਨੂੰ ਸਿਰ ਤੇ ਨਾ ਬਿਠਾਲੀ ਜਾਓ ਮੁੜ ਮੁੜ ਕੇ ਇੱਕੋ ਗੱਲ ਕਹਿ ਕੇ ਜਿਹੜੀ ਉਹਦੀ ਵਿਚਾਰਧਾਰਾ ਹੈ ਉਹਦੇ ਨਾਲ ਕੋਈ ਵੀ ਸਮਾਜ ਨਹੀਂ ਖੜਾ ਹੋ ਸਕਦਾ ਸਾਨੂੰ ਨਾ ਦੱਸੋ ਤੁਹਾਨੂੰ ਖੁੱਲ੍ਹੀ ਛੁੱਟੀ ਆ 15-20 ਸਾਲਾਂ ਦੇ ਵਿੱਚ ਤੁਸੀਂ ਕੋਈ ਇੱਕ ਪਿੰਡ ਵਸਾ ਕੇ ਦਿਖਾ ਲਓ ਕੋਈ ਇੱਕ ਸੰਸਥਾ ਚਲਾਓ ਉਹਦੀਆਂ ਗੱਲਾਂ ਕਰੋ ਲਾਗੂ ਇੱਦਾਂ ਨਾ ਕਰਿਓ ਪਿੱਕ ਐਂਡ ਚੂਜ਼ ਕਰਕੇ ਪਿਆ ਚੱਕ ਲਈ ਆ ਛੱਡ ਦਿੱਤੀ ਠੀਕ ਆ ਇੱਦਾਂ ਨਹੀਂ ਗੱਲ ਹੋਣੀ